जिम्मेवार सारा विरोधी टब्बर ता रखा की रखा गे जी असि प्रशासनिक जो मौजूद तहसीलदार पुलिस डीसी सारे इनवॉल्व होंदे आ जी असी सब नू असी आपदी सेकंड पार्टी बना के रखा गे जी खड़े आ साडे नाल नजायज धक्का हो रहा सी तां मर जांगे असी कल तो छड्ड के वाहन मौत दा मिंट दा नहीं पता बाद च जमीन इन्हां दी वी आ इन्हां दी बौणी आ ਬਿਆਨਾਂ ਦਾ ਇਹਦਾ ਹੋਰ ਕਰਿਆ ਜੀ ਇਹਨੇ ਕਿਤੋਂ ਵਾਹਣ ਦਾ ਬਿਆਨਾਂ ਦਿਖਾ ਦੇ ਤੇ ਕਬਜ਼ਾ ਦਬਾ ਦੇਾਂਗੇ ਕੰਮ ਇਹ ਦੇਖੋ ਜੀ ਤਾਕੜੇ ਬੰਦਿਆ ਤਾਕੜਿਆਂ ਜਗਾ ਹੀ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਠੀਕ ਆ ਉਹ ਤਾਕੜਿਆਂ ਦਾ ਹੀ ਹੱਕ ਪੂਰਦੇ ਆਗੇ ਅਸੀਂ ਬਹੁਤ ਪਟਪਟ ਕੇ ਹੰਭ ਗਏ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰੀ ਵੀ ਸਰ ਗਰੀਬਾਂ ਨੂੰ ਰੋਟੀ ਖਾ ਲੈਣ ਦੇਣ ਕਿਉਂ ਗਰੀਬਾਂ ਨੂੰ ਮਾਰਦੇ ਆ ਤਿਆਰਾ ਮੱਚਣ ਨੂੰ ਉਹਦੇ ਸਪਰੇਅ ਲਿਆਈ ਬੈਠਿਆ ਭਾਈ ਆਪਦੀ ਰਜਿਸਟਰੀ ਹੁੰਦੇ ਸੀ ਅਸੀਂ ਪਤਾ ਜਾ ਕੇ ਮਿਹਨਤ ਕਰੀ ਚਾਚਾ ਬਾਹਰ ਦੀ ਰਜਿਸਟਰੀ ਨਾ ਕਰਾ ਤੂੰ ਹੋਰ ਲੈ ਲੈ ਕਹਿੰਦਾ ਨਹੀਂ ਮੇਰਾ ਉਹ ਕੋਈ ਜਾਨੀ ਨੁਕਸਾਨ ਹੋਊ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ ਵੱਡਾ ਜੀ ਮੇਰਾ ਨਾਮ ਜੀ ਗੁਰਜੀਤ ਸਿੰਘ ਕੰਗੂੜਾ ਇਹ ਗੱਲ ਇਹ ਹੋਈ ਹੈ ਜੀ ਅਜੋਂ 10 ਸਾਲ ਪਹਿਲਾਂ ਵੀ ਮਸਲਾ ਉੱਠਿਆ ਸੀ ਆ 5 ਸਾਲ ਪਹਿਲਾਂ ਹੀ ਮਸਲਾ ਉੱਠਿਆ ਸੀ ਇਸ ਨੂੰ ਮੈਂ ਮੇਨ ਡਿਟੇਲ ਦੱਸਦਾ ਜੀ ਇਹ ਜ਼ਮੀਨ ਜਿਹੜੀ ਤੇ ਆਪਾਂ ਖੜੇ ਆ ਜੀ ਇਹ ਆ ਕਾਕਾ ਗਾਗੜ ਸਿੰਘ ਆ ਜੀ ਇਹਦੀ ਇਹ ਪੁਸਤੈਨੀ ਜ਼ਮੀਨ ਆ ਠੀਕ ਆ ਆ ਇਹਦੀ ਭੈਣ ਆ ਇੱਕ ਆ ਭੈਣ ਆ ਇਹ ਦੋ ਭੈਣਾਂ ਨੇ ਠੀਕ ਹੈ ਜੀ ਇਹਨਾਂ ਦੀ ਕੋਈ ਮੈਰਿਜ ਨਹੀਂ ਹੋਈ ਵੀ ਇਹਨਾਂ ਦਾ ਆ ਜਾਨੀ ਕਿ ਪਸ਼ੂ ਵਾਲਾ ਤੇ ਇਧਰ ਸਾਰਾ ਖੇਤ ਚ ਵਗੜਿਆ ਵਾ ਰਹਿਸ ਵੀ ਖੇਤ ਚ ਆ ਬੋਰ ਵੀ ਖੇਤ ਚ ਆ ਇੱਕ ਮਿੰਟ ਜੀ ਆ ਕਣਕ ਬੀਜੀ ਆ ਜਦੋਂ ਕਣਕ ਬੀਜੀ ਜਾਵੇ ਫਸਲ ਬੀਜੀ ਜਾਵੇ 6 ਮਹੀਨੇ ਤਾਂ ਕੋਈ ਬਾਹਰ ਨਹੀਂ ਸਕਦਾ ਹੁੰਦਾ ਕਾਨੂੰਨ ਆ ਨੰਬਰ 2 ਤੇ ਜੀ ਵਿਰੋਧੀ ਤੇਰੇ ਕੋਲੇ ਪੈਸਾ ਉਹ ਅੱਜ ਪੁਲਿਸ ਦੇ ਥਰੂ ਜਾਨੀ ਕਿ ਉੱਪਰ ਪੈਸੇ ਦੇ ਦੂ ਕੇ ਜਾਨੀ ਕਿ ਇੱਕ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ ਕਬਜ਼ਾ ਕਰ ਲੈਣ ਆ ਵਾਹਣ 2.5 ਕਿੱਲੇ ਆ 2.5 ਕਿੱਲਿਆਂ ਦਾ ਬਿਆਨਾ ਦਿਖਾ ਦੇਣ ਕਬਜ਼ਾ ਕਰ ਲੈਣ ਜਦੋਂ ਬਿਆਨਾ ਤਾਂ ਇਹ ਬਣਦਾ ਹੈ ਹੀ ਨਹੀਂ ਠੀਕ ਹੈ ਜੀ ਇਹ ਗਰੀਬ ਬੰਦਿਆਂ ਨਾਲ ਆ ਬੀਬੀ ਦੇ ਸੱਟਾਂ ਮਰਵਾਈਆਂ ਜੀ ਪਰਸੋਂ ਇਹਨੇ ਦਾਰੂ ਪਿਆ ਕੇ ਆ ਬੀਬੀ ਦੀ ਬਾਹ ਟੁੱਟੀ ਬੀਬੀ ਆ ਦੇਖ ਕੋਈ ਪੁਲਿਸ ਨੇ ਕਾਰਵਾਈ ਨਹੀਂ ਕਰੀ ਜੀ ਦੱਸੋ ਕਿੱਥੇ ਜਾਈਏ ਮੁੰਡਾ ਦਾਖਲ ਪਿਆ ਜੀ ਆ ਬੰਦਾ ਕਹ ਰਿਹਾ ਸੱਟ ਮਾਰੀ ਸੀ 4 ਸਾਲ ਪਹਿਲਾਂ ਇਹਨੂੰ ਕਹੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲ ਵੀਰੇ ਸਤਿ ਸ਼੍ਰੀ ਅਕਾਲ ਦੁਬਾਰੇ ਬੋਲ ਕੀ ਨਾਂ ਤੇਰਾ ਇੱਕ ਕਾਕੜ ਜੀ ਹੈ ਕਾਕੜ ਆ ਜਲੀ ਬਾਈ ਜੀ ਬੋਲਿਆ ਨਹੀਂ ਜਾਂਦਾ ਇਹ ਬੰਦਿਆਂ ਨਾਲ ਗਰੀਬਾਂ ਨਾਲ ਧੱਕਾ ਹੋ ਰਿਹਾ ਜੀ ਆ ਸਾਰੇ ਗਰੀਬ ਬੰਦੇ ਆ ਜੀ ਕੋਈ ਇਹਦਾ ਸਕਾ ਨਹੀਂਗਾ ਸਾਰੇ ਗਰੀਬ ਬੰਦੇ ਆ ਐ ਵੀ ਤਾਕੜੇ ਲਈ ਹਰੇ ਖੜਦੇ ਆ ਦਾ ਗਰੀਬ ਲਈ ਕੋਈ ਖੜਦਾਗਾ ਅਸੀਂ ਇਹ ਗੱਲ ਕਰਦੇ ਆ ਉਹ ਦੇਖੋ ਜੀ ਸਾਹਮਣੇ ਗਰੀਬ ਬੰਦਾ ਕੀ ਕਰ ਸਕਦਾ ਆਪਦਾ ਜਿਉਂਦੇ ਜੀ ਮੱਚਣ ਵਾਸਤੇ ਉਹਨੇ ਆਪਦਾ ਠੀਕ ਆ ਜੀ ਤਿਆਰੀ ਕਰੀ ਬੈਠਾ ਆਪਦਾ ਤੇਲ ਵੀ ਲਿਆਈ ਬੈਠਾ ਸਪਰੇਅ ਵੀ ਲਿਆਈ ਬੈਠਾ ਕਹਿੰਦੇ ਜੂ ਤਾਂ ਅਸੀਂ ਮਰੇ ਚੰਗੇ ਹਾਂ ਜੋ ਸਾਡੀ ਜਿਉਂਦਿਆਂ ਦੀ ਭੋਈ ਖੋਈ ਗਈ ਠੀਕ ਆ ਜੀ ਅਸੀਂ ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹ ਬੰਦਾ ਇਹਦਾ ਬਿਆਨਾ ਦਿਖਾ ਦੇ ਸਾਨੂੰ ਇਸ ਬਾਣ ਦਾ ਜੀ 'ਚ ਅਸੀਂ ਖੜੇ ਹਾਂ ਜਿਹਦੇ ਵਿੱਚ ਇਹਨਾਂ ਦੀ ਰਹਿਸ ਆ ਅਸੀਂ ਛੱਡ ਦਾਂਗੇ ਤੇ ਨਹੀਂ ਇਹ ਤਿੰਨਾਂ 'ਚੋਂ ਇੱਕ ਵੀ ਜੀ ਨੂੰ ਕੁਛ ਹੋ ਗਿਆ ਸੁਸਾਈਡ ਕਰ ਲਈ ਇਹਦਾ ਅਸੀਂ ਜ਼ਿੰਮੇਵਾਰ ਸਾਰਾ ਵਿਰੋਧੀ ਟੱਬਰ ਤਾਂ ਰੱਖਾਂਗੇ ਰੱਖਾਂਗੇ ਜੀ ਅਸੀਂ ਪ੍ਰਸ਼ਾਸਨਿਕ ਜੋ ਮੌਜੂਦ ਤੇ ਇੱਥੋਂ ਦੇ ਅਧਿਕਾਰੀ ਹੋਣਗੇ ਉਹ ਵੀ ਹੋਣਗੇ ਸੁਦੇ ਚਾਹੇ ਕੋਈ ਪਟਵਾਰੀ ਹੋਵੇ ਜ਼ਮੀਨ ਦੀ ਜਾਨੀ ਕਿ ਕਰਨ ਵਾਲਾ ਠੀਕ ਆ ਨਾ ਜਦੋਂ ਕੋਈ ਵੀ ਜਾਨੀ ਕਿ ਆਉਂਦੀ ਹੈਗੀ ਆਪਣਾ ਕਬਜ਼ਾ ਬਰੰਡ ਕਬਜ਼ਾ ਉਹਦੇ ਵਿੱਚ ਤਹਿਸੀਲਦਾਰ ਵੀ ਇਨਵੋਲਵ ਹੁੰਦਾ ਉਹਦੇ ਵਿੱਚ ਤਹਿਸੀਲਦਾਰ ਪੁਲਿਸ ਡੀਸੀ ਸਾਰੇ ਇਨਵੋਲਵ ਹੁੰਦੇ ਆ ਜੀ ਅਸੀਂ ਸਭ ਨੂੰ ਅਸੀਂ ਆਪਦੀ ਸੈਕਿੰਡ ਪਾਰਟੀ ਬਣਾ ਕੇ ਰੱਖਾਂਗੇ ਜੀ ਸਾਡੀ ਇਹੋ ਮੰਗ ਆ ਜੀ ਗਰੀਬ ਬੰਦਿਆਂ ਨਾਲ ਧੱਕਿਆ ਨਾ ਕਰਿਆ ਜਾਵੇ ਇਹਨਾਂ ਦੇ ਕੋਈ ਬੱਚਾ ਨਹੀਂ ਠੀਕ ਆ ਜੀ ਨਾਲੇ ਇਹਨਾਂ ਦੇ ਸੱਟਾਂ ਮਾਰੀਆਂ ਇਹਨਾਂ ਨੇ ਕੋਈ FIR ਨਹੀਂ ਕਰਾਈ ਇੰਨੇ ਭਲੇ ਮਾਨਸਾ ਅਸੀਂ ਇਹ ਗੱਲ ਕਹਿੰਦੇ ਹਾਂ ਜੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਇਹ 10 ਸਾਲ ਆ 20 ਸਾਲ ਆ ਇਹ 10 ਸਾਲ ਆ ਦੇਖ ਲਈ ਆਹ ਹਾਲ ਆ ਇਹ 10 ਸਾਲ ਆ 20 ਸਾਲ ਆ ਇਹਨਾਂ ਦੇ ਵਿਆਹ ਨਹੀਂ ਹੋਏ ਵੇ ਕੋਈ ਔਲਾਦ ਨਹੀਂ ਜਦੋਂ ਇਹ ਮਰ ਗਏ ਫਿਰ ਜ਼ਮੀਨ ਇਹਨਾਂ ਨੇ ਨਹੀਂ ਲੈ ਜਾਣੀ ਆ ਜਿਹੜੇ ਅੱਜ ਬਰੰਟ ਕਬਜ਼ਾ ਲੈ ਕੇ ਆਏ ਆ ਇਹਨਾਂ ਦੇ ਕੋਈ ਔਲਾਦ ਨਹੀਂ ਤਿੰਨਾਂ ਦੇ ਜਦੋਂ ਅੱਜ ਤੋਂ 10 ਸਾਲ 20 ਸਾਲ ਬਾਅਦ ਇਹਨਾਂ ਦੀ ਮੌਤ ਹੋ ਗਈ ਮੌਤ ਦਾ ਮਿੰਟ ਦਾ ਨਹੀਂ ਪਤਾ ਬਾਅਦ 'ਚ ਜ਼ਮੀਨ
इन्हां दी वी आ इन्हां दी बौणी आ क्योंकि जो अज सारा यह लियाई बैठे आ गए कब्जा करन दा ठीक है ब्रंट कब्जा फिर इन्हों के मरिया तो बाद लिया सौखा फिर 20 साल गरीबों रोटी खा लैन देन क्यों गरीबों मार दे आ मां बेचारी यदि बांह तोड़ती इन्हें दरखास्त नहीं दी दसो यदि की कार्रवाई हुई और बीबी कितिया सिर पाटिया जी का बेबे औला सिर देखो जी दिखायो आज परिवार तो बोले करो जी गल वीर जी असि मूहे गामे मूहे ਅਸੀਂ ਮਿਹਨਤ ਤਰਲਾ ਕਰਿਆ ਵੀ ਅਸੀਂ ਪੈਸਾ ਨਹੀਂ ਥੋਤੋਂ ਲਿੱਤਾ ਸਾਡੇ ਬਾਹਰ ਚ ਗਰੀਬਾਂ ਦੇ ਨਾਂ ਫਸ ਇਹ ਜਾਣ ਬੁੱਝ ਕੇ ਸਾਡੇ ਨਾਲ ਧੱਕਾ ਕਰਦਾ ਇਹ ਆਪਦੀ ਪਾਵਰ ਦਿਖਾਉਂਦਾ ਸਾਨੂੰ ਸਾਡੇ ਬੰਦਿਆਂ ਦੀ ਕਮੀ ਹੈ ਸਾਡੇ ਬੰਦੇ ਸਾਰੇ ਬਿਮਾਰ ਆ ਅਸੀਂ ਉਹ ਮੁੰਡੇ ਨੂੰ ਸਿਰ ਦਾ ਅਟੈਕ ਆ ਉਹ ਮੁੰਡੇ ਦੀ ਬਾਹ ਟੁੱਟ ਗਈ ਅਸੀਂ ਜਿਉਂਦੇ ਜੀ ਬਾਹ ਛੱਡਦੇ ਨਹੀਂ ਮਰ ਕੇ ਸਾਤੋਂ ਲੈ ਲਵੇ ਅਸੀਂ ਛੱਡਣਾ ਨਹੀਂ ਅਸੀਂ ਮਰ ਜਾਗੀਆਂ ਪਰ ਅਸੀਂ ਬਾਹ ਨਹੀਂ ਦੇਣਾ ਸਾਡੇ ਨਾਲ ਨਿਆਂ ਹੋਣਾ ਚਾਹੀਦਾ ਇਹਨੇ ਇੱਕ ਪੁੱਤ ਦੀ ਸੌ ਖਾਧੀ ਸੀ ਇਹ ਸਾਡੇ ਮੱਥੇ ਲੱਗੇ ਵੀ ਨਹੀਂ ਖਾਧੀ ਜਿੱਥੋਂ ਇਹਨੇ ਬਿਆਨਾ ਕਰਾਇਆ ਚੱਲੇ ਉੱਥੇ ਜਿਹੜੀਆਂ ਇਹਨੇ ਸਾਈਡਾਂ ਲਿਖਾਂਗੇ ਸਾਨੂੰ ਕਾਗਜ਼ ਦਿਖਾਵੇ ਅਸੀਂ ਨਾ ਅੱਜ ਬਾਹ ਛੱਡਣਾ ਨਾ ਕੱਲ ਛੱਡਣਾ ਮਰੇ ਮਾਰੇ ਵਗੈਰਾ ਅਸੀਂ ਛੱਡਣਾ ਨਹੀਂ ਇਹ ਬਾਣ ਦੀ ਜੇ ਉਹਨਾਂ ਕੋਲੇ ਹੈਗਾ ਬਿਆਨਾ ਵੀ ਅਸੀਂ ਆਹ ਬਾਣ ਪਾਉਣੇ ਦੋ ਕਿੰਨਾ ਦਾ ਤਾਂ ਬਾਹ ਲੈਣ ਅਸੀਂ ਆਪ ਹੋਣੇ ਆ ਜਦੋਂ ਬਿਆਨਾ ਹੀ ਨਹੀਂ ਗਾ ਇਹ ਦੇਖੋ ਜੀ ਤਾਕੜੇ ਬੰਦਿਆ ਤਾਕੜਿਆਂ ਦੀਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਠੀਕ ਆ ਉਹ ਤਾਕੜਿਆਂ ਦਾ ਹੀ ਹੱਕ ਪੂਰਦੇ ਆ ਗੇ ਠੀਕ ਆ ਨਾ ਮਾੜੇ ਦਾ ਕੋਈ ਹੱਕ ਨਹੀਂ ਪੂਰਦਾ ਆਪਾਂ ਤਾਂ ਇਹ ਗੱਲ ਕਰਦੇ ਆਂਗੇ ਉਹ ਵੀਰ ਹੁਣੀ ਵੀ ਆਉਂਦੇ ਆ ਵਿੱਚ ਮਣ ਜੀ ਪੌਜ਼ ਕਰ ਲੈ ਇੱਕ ਮਿੰਟ ਹਾਂਜੀ ਸਰ ਇਹ ਜੀ ਗਾਮਾ ਕਿਹੜਾ ਜੀ ਉਹ ਸਾਡੇ ਨਾਲ ਨਜਾਇਜ਼ ਧੱਕਾ ਕਰਦਾ ਜੀ ਬਿਆਨਾ ਕਿਤੇ ਹੋਰ ਹੋਇਆ ਹੋਇਆ ਰਜਿਸਟਰੀ ਕਿਤੋਂ ਹੋਰ ਹੋਈ ਹੋਈ ਆ ਪੈਸੇ ਕਿਸੇ ਬੰਦੇ ਨੂੰ ਹੋਰ ਦਿੱਤੇ ਆ ਵਾਹਨ ਕਿਸੇ ਦਾ ਹੋਰ ਦੱਬਦਾ ਜੀ ਉਹਨਾਂ ਨੇ ਨਾ ਤਿੰਨਾਂ ਭੈਣ ਭਰਾਵਾਂ ਨੇ ਸ਼ਾਦੀ ਕਰਾਈ ਆ ਨਾ ਕਰਾਉਂਦੇ ਆ ਇਸ ਵਾਹਨ 'ਚ ਐਸੇ ਚੱਕਰ 'ਚ ਮੇਰੀ ਮਾਂ ਦੀ ਬਾਂਹ ਟੁੱਟੀ ਆ ਉਹ ਵੀ ਇਹਦੇ ਕਾਰਨ ਗਾਮੇ ਦੇ ਕਾਰਨ ਜੀ ਮੇਰੇ ਮੁੰਡੇ ਨੇ ਸਪਰੇਅ ਪੀਤੀ ਆ ਉਹ ਵੀ ਇਹਦੇ ਕਾਰਨ ਜੀ ਹਾਂਜੀ ਆ ਕੁੜੀ ਦੇ ਸਿਰ 'ਚ ਸੱਟ ਆ ਜੀ ਉਹ ਦੇਖ ਲਓ ਮੰਗ ਅਸੀਂ ਐਂ ਕਰਦੇ ਜੀ ਅਸੀਂ ਆਪਦੇ ਹੱਕ 'ਤੇ ਖੜੇ ਹਾਂ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਅਸੀਂ ਤਾਂ ਮਰ ਜਾਂਗੇ ਅਸੀਂ ਕਾਹਤੋਂ ਛੱਡ ਗਏ ਵਾਹਣ ਸਾਨੂੰ ਕਿਤੇ ਕਹਿੰਦਾ 5 ਲੱਖ ਲੈ ਲਓ ਕਿਤੇ 10 ਲੱਖ ਲੈ ਲਓ ਅਸੀਂ ਤਾਂ 5 ਨਹੀਂ ਲੈਣੀ ਨਾ ਅਸੀਂ ਵਾਹਣ ਛੱਡਣਾ ਨਾ ਅਸੀਂ ਵੇਚਿਆ ਕੀ ਕਹਿਣਾ ਚਾਹੁੰਦੇ ਇੱਥੋਂ ਦੇ ਰਹਿਣ ਵਾਲੇ ਹਾਂਜੀ ਇਹਦਾ ਬਿਆਨਾ ਤਾਂ ਜੀ ਇਹਦਾ ਹੋਰ ਕਰਿਆ ਜੀ ਇਹਨੇ ਕਿਤੋਂ ਵਾਹਣ ਦਾ ਬਿਆਨਾ ਦਿਖਾ ਦੇ ਤੇ ਕਬਜ਼ਾ ਦਬਾ ਦਿਆਂਗੇ ਕੰਮ ਧੱਕਾ ਹੋ ਰਿਹਾ ਨੀਰਾਪੁਰਾ ਜੀ ਸਾਡੀ ਸੁਣਵਾਈ ਕੋਈ ਨਹੀਂ ਕਰਦਾ ਅਸੀਂ ਬਹੁਤ ਪਿੱਟ ਪਿੱਟ ਕੇ ਹੰਭ ਗਏ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰੀ ਪੈਸੇ ਚੱਲਿਆ ਜੀ ਛੀਆਂ ਮਹੀਨੇ ਬਾਅਦ ਇਹਦਾ ਪੁੱਤ ਬਾਇਰਾ ਪੁੱਤ ਦੇ ਨਾਂ ਤੇ ਜ਼ਮੀਨ ਖਰੀਦੀ ਸੀ ਪੁੱਤ ਨੂੰ ਇਹਨੇ ਬਾਹਰ ਚੜਾਤਾ ਛੀਆਂ ਮਹੀਨੇ ਬਾਅਦ ਕਮਾਈ ਕਰਕੇ ਸਾਡੇ ਨੇ ਪੁਲਿਸ ਚੜਾਉਂਦਾ ਸਾਡੇ ਬੰਦੇ ਸਾਰੇ ਰੋਗੀ ਕਰੇ ਪਿਆ ਸਾਨੂੰ ਸਾਰੇ ਟੱਬਰ ਨੂੰ ਸਾਨੂੰ ਟੈਂਕ ਦੀ ਬਿਮਾਰੀ ਆ ਸਾਨੂੰ ਗਾਮਾ ਮਰਵਾਉਂਦਾ ਜੀ ਗਾਮਾ ਮਰਵਾਉਂਦਾ ਅਸੀਂ ਇਹਦੀਆਂ ਮਿਹਨਤ ਤਰਲੇ ਕਰ ਲੈ ਜਿੱਦਾਂ ਸਾਡੇ ਵਾਲ ਦੀ ਰਜਿਸਟਰੀ ਹੁੰਦੀ ਸੀ ਅਸੀਂ ਪਰਾਂ ਜਾ ਕੇ ਮਿਹਨਤ ਕਰੀ ਚਾਚਾ ਵਾਲ ਦੀ ਰਜਿਸਟਰੀ ਨਾ ਕਰਾ ਤੂੰ ਹੋਰ ਲੈ ਲੈ ਕਹਿੰਦਾ ਨਹੀਂ ਮੇਰਾ ਇੱਕ ਪੁੱਤ ਮਰ ਜਾ ਬੀਵੜੀਆਂ ਮੰਗਾ ਇੱਕ ਮਿੰਟ ਜੀ ਉਹ ਦੇਖੋ ਪੁਲਿਸ ਪ੍ਰਸ਼ਾਸਨ ਆਇਆ ਜੀ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਨਹੀਂ ਗੱਲ ਕਰੀ ਹੁਣ ਉਹ ਜਾਣੀ ਕਿ ਕਬਜ਼ਾ ਕਰਾਉਣ ਆਇਆ ਫਿਰ ਕੋਈ ਗੱਲ ਨਹੀਂ ਜੀ ਆਹ ਮਸਾਨਾ ਤਿਆਰ ਆ ਮੱਚਣ ਨੂੰ ਉਹਦੇ ਸਪਰੇਅ ਉਹ ਲਿਆਈ ਬੈਠਿਆ ਭਾਈ ਆਪਦੀ ਜੋ ਆਪਦੀ ਜ਼ਮੀਨ ਵਾਸਤੇ ਬਚਾਉਣ ਵਾਸਤੇ ਕਰ ਸਕਦੇ ਹੋ ਕਰ ਲਓ ਠੀਕ ਆ ਨਾ ਜੋ ਤੁਸੀਂ ਆਪਦੀ ਜ਼ਮੀਨ ਬਚਾਉਣ ਵਾਸਤੇ ਕਰ ਸਕਦੇ ਹੋ ਕਰ ਲਓ ਅਸੀਂ ਖੜੇ ਹਾਂ ਠੀਕ ਆ ਨਾ ਤੁਹਾਡੀ ਸਪੋਰਟ ਤੇ ਖੜੇ ਹਾਂਗੇ ਕਹਾਂਗੇ ਧੱਕਾ ਲਾ ਕੇ ਜਿੰਨਾ ਰੋਕ ਸਕਦੇ ਹਾਂ ਠੀਕ ਆ ਨਾ ਪਰ ਉਹਨਾਂ ਕੋਲੇ ਇਹੋ ਜਿਹੇ ਜਾਣੀ ਕਿ ਸਾਧਨ ਆ ਗਏ ਉਹਨਾਂ ਕੋਲ ਪੁਲਿਸ ਪ੍ਰਸ਼ਾਸਨ ਦਾ ਬਲ ਜ਼ਿਆਦਾ ਜੋ ਜ਼ਿਆਦਾ ਬਲ ਕਰਕੇ ਅੱਗੇ ਜ਼ਮੀਨ 'ਚ ਵੜ ਆਉਣਗੇ ਤਾਂ ਭਾਈ ਜੋ ਕੋਈ ਜਾਨੀ ਨੁਕਸਾਨ ਹੋਊ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਬੀਬੀ ਦੇ ਸੱਟ ਮਾਰੀ ਪਹਿਲਾਂ ਦਾ ਪਰਚਾ ਉਹ ਦਰਜ ਕਰੋ ਉਹਦੇ ਤੇ ਉਹ ਬੀਬੀ ਦਾ ਸਿਰ ਪਾੜਿਆ ਹਾਂਜੀ ਸਰ ਤੁਹਾਡੇ ਤੇ ਇਲਜ਼ਾਮ ਲਾਏ ਸੀ ਦੂਜੀ ਧਰ ਨੇ ਵੀ ਜਿਹੜੀ ਉਹਨਾਂ ਦੀ ਜ਼ਮੀਨ ਹੈਗੀ ਆ ਵੀ ਤੁਸੀਂ ਉਹਦੇ ਤੇ ਧੱਕੇ ਨਾਲ ਕਬਜ਼ਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਧੱਕੇ ਨਾਲ ਕੋਈ ਨਹੀਂ ਜੀ ਆਹ ਦੇਖ ਲਓ ਰਜਿਸਟਰੀ ਉਹੀ ਰਜਿਸਟਰੀ ਬੰਦੇ ਦੇ ਨਾਂ ਉਹਦੇ ਪਹਿਲਾਂ ਹੋਈ ਵੀ ਸੀ ਅਤੇ ਉਹੀ ਆਪਾਂ ਗਾਹਾਂ ਖਰੀਦੀ ਹੈਗੀ ਅਤੇ ਕੋਈ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਿਆ ਕੋਈ ਹੋਰ ਨਹੀਂ ਜਿਹੜੀ ਉੱਥੇ ਮਤਲਬ ਅੱਜ ਅਫਸਰ ਸਾਹੀ ਆਈ ਸੀਗੀ ਜੀ ਹੈ ਨਾ ਤਾਂ ਉੱਥੋਂ ਦੇ ਲੋਕਾਂ ਨੇ ਇਹ ਮੰਗ ਰੱਖੀ ਸੀਗੀ ਵੀ ਤੁਹਾਨੂੰ ਉੱਥੇ ਜਗ੍ਹਾ 'ਤੇ ਬੁਲਾਇਆ ਜਾਵੇ ਵੀ ਅੱਜ ਜਿਹੜੀ ਗੱਲ ਨਿਬੜਦੀ ਹੈ ਉਹਨੂੰ ਨਿਬੜਿਆ ਜਾਵੇ ਵੀ ਜੇਕਰ ਤੁਹਾਡੇ ਕੋਲ ਉਹਦਾ ਜੇ ਪ੍ਰੋਪਰ ਸਬੂਤ ਹੈਗੇ ਤਾਂ ਦਿਖਾਏ ਜਾਣ ਤਾਂ ਵੀ ਜ਼ਮੀਨ 'ਤੇ ਕਬਜ਼ਾ ਕਰ ਸਕਦੇ ਹਾਂ
ਕੋਰਟ ਦੇ ਸਬੂਤ ਆ ਜੀ, ਆ ਰਜਿਸਟਰੀ ਸਬੂਤ ਆ, ਹੋਰ ਇੱਦਾਂ ਸਬੂਤ ਕੀ ਦਿਖਾਈ। ਠੀਕ ਹੈ ਜੀ, ਹੈਂ ਠੀਕ ਹੈ ਜੀ, ਇਹ ਤਾਂ ਹੁਣ ਆਪਦੇ ਕੋਲੋਂ ਹੀ ਬਣਾਈ ਜਾਂਦੇ ਹੈਗੇ ਅਤੇ ਉਹ ਕਰੀ ਜਾਂਦੇ। ਹਾਂ, ਘੱਟੋ ਘੱਟ ਉੱਥੋਂ ਜਿਹੜੇ ਲੋਕ ਨੇਗੇ ਜੀ, ਕਰੀਬ ਜਿੰਨੇ ਖੜੇ ਸੀਗੇ, ਉਹਨਾਂ ਨੇ ਸਾਰਿਆਂ ਨੇ ਉਹਨਾਂ ਦੀ ਹੱਕ ਦੀ ਆਵਾਜ਼ ਬਣ ਕੇ ਬੋਲੇ ਨੇ ਵੀ ਇਹ ਮਤਲਬ ਹੋਣੇ ਆਪ ਜਗ੍ਹਾ 'ਤੇ ਸਹੀ ਨੇਗੇ। ਉਹ ਪਤਾ ਜੀ, ਉਹ ਜੇ ਤੁਸੀਂ ਉਦੋਂ ਆ ਜਾਂਦੇ, 50 ਬੰਦੇ ਮੇਰੇ ਨਾਲ ਵੀ ਸੀਗੇ, ਮੈਂ ਵੀ ਉਹਨਾਂ ਤੋਂ ਉਹ ਕਹਿ ਦਿੰਦੇ ਵੀ ਹਾਂ ਇਹਦੀ ਖਰੀਦੀ ਵੀ ਆ, ਸਾਰਾ ਕੁਛ ਹੋਇਆ ਵਾ। ਇੰਤਕਾਲ ਗਰਦੌਰੀ ਤੋਂ ਲਾ ਮੇਰੇ ਨਾਂ ਆ ਜੀ, ਮੇਰੇ ਬੇਟੇ ਦੇ ਨਾਂ ਆ। ਪਹਿਲਾਂ ਉਹ ਨਮਾਲਕ ਸੀਗਾ, ਫਿਰ ਮੈਨੂੰ ਉਹਨੇ ਉਹ ਦਿੱਤਾ ਜੀ ਆ ਮੁਖਤਿਆਰ ਨਾਮ, ਉਹ ਬਾਹਰ ਆ ਜੀ, ਉਹਨੂੰ ਵੀ ਡਰਾਬੇ ਮਾਰਦੇ ਜੇ ਇੱਧਰ ਆ ਗਿਆ। 5 ਸਾਲ ਹੋ ਗਏ ਉਹ ਵਿਚਾਰਾ ਉੱਥੇ ਫਸਿਆ ਬੈਠਾ ਜੀ, ਅਸੀਂ ਤਾਂ ਕੇਸ ਪਾਵਾਂਗੇ, ਅਸੀਂ ਐਂ ਕਰਾਂਗੇ, ਪੁੱਠੀਆਂ ਇਹਦੀਆਂ ਧਮਕਾਂ ਦਿੰਦੇ। ਉਹ ਜਿਹੜਾ ਨੇਕ ਆ ਪੱਲੇ ਖਾ, ਦੋ ਉਹਦੇ ਮੁੰਡੇ ਆ, ਉਹ ਸਮਝਲਾ ਵੀ ਸਾਰਾ ਕੰਮ ਕਰਾਉਂਦੇ ਆ। ਅੱਗੇ ਉਹਨਾਂ ਨੇ ਸਾਡੇ ਪਿੰਡ 'ਚ ਕਤਲ ਕਰਾਤਾ ਸੀਗਾ, ਵੀਰੂ ਨਾਈ ਉਹਨਾਂ ਨੇ ਮਰਵਾਇਆ ਸੀਗਾ। ਹਾਂ, ਨਹੀਂ ਉਹ ਬੰਦੇ ਮੇਰੇ ਵਾਂਗੂ, ਉਹ ਵੀ ਭਲੇ ਮਾਣ ਸੀ ਨੰਬਰਦਾਰ, ਅਤੇ ਉਹ ਤਾਂ ਸਮਝ ਲਓ ਵੀ ਕਤਲ ਇਹਦੇ ਪੈਰੋਂ ਹੋਇਆ ਇਹ ਬੰਦੇ ਦੇ। ਹਾਂ, ਹੁਣ ਇਹ ਉਹਨਾਂ ਨੂੰ ਰੇਸ ਦੇ ਕੇ ਵੀ ਤੁਸੀਂ ਅੱਗ ਲਾ ਲਓ ਜੀ, ਤੁਸੀਂ ਐਂ ਕਰ ਲਓ, ਆਪਾਂ ਜਿਵੇਂ ਕੋਰਟ ਨੇ ਕਰਿਆ ਵੀ ਉਹਦੇ ਹਿਸਾਬ ਨਾਲ ਚੱਲਦੇ ਹਾਂ। ਹਾਂ, ਜਿਵੇਂ ਤੁਹਾਡਾ ਦੋਨਾਂ ਦੇ ਵਿੱਚ ਮਤਲਬ ਦਾ ਸਿਲਸਿਲਾ ਚੱਲਦਾ ਗਾ, ਕੀ ਤੁਸੀਂ ਇੱਕ ਦੂਜੇ ਸਮਝੌਤਾ ਕਰਕੇ ਵੀ ਮਤਲਬ ਹੋ ਸਕਦਾ ਗਾ ਜੀ? ਸਮਝੌਤਾ ਉਹ ਆਪਦੀ ਪੂਰੀ ਕਰ ਲੈਣ ਜੀ, ਜੇ ਤਾਂ ਉਹਨਾਂ ਦਾ ਵਾਹਣ ਘਟਦਾ ਹੋਵੇ ਆਪਦੇ ਨਾਂ ਤੋਂ, ਫਿਰ ਤਾਂ ਉਹ ਮੇਰਾ ਦੱਬਣ। ਜਦੋਂ ਉਹਨਾਂ ਦਾ ਵਾਹਣ ਪੂਰਾ ਹੁੰਦਾ ਗਾ, ਉਹ ਤਾਂ ਵੇਚੀ ਜਾਂਦੇ ਆ ਨਾਲ ਦੀ ਨਾਲ, ਹੁਣ ਵੇਚੇ ਵੀ ਤਾਂ ਮੈਂ ਆਪਦੇ ਵਾਹਣ 'ਚੋਂ ਦੇਣ ਨਹੀਂ ਲੱਗਿਆ। ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ 'ਤੇ ਮਤਲਬ ਉਹਨਾਂ ਨੇ ਇਲਜ਼ਾਮ ਲਾਏ ਨੇ, ਉਹ ਬੇਬਣਿਆ ਦਾ ਜੀ? ਉਹ ਤਾਂ ਗਲਤ ਆ ਜੀ, ਮੈਂ ਤਾਂ ਉੱਧਰ ਕਿਤੇ ਗਿਆ ਹੀ ਨਹੀਂ। ਹਾਂ, ਜਿਹੜੇ ਦਿਨ ਉਹ ਆਪਸ ਵਿੱਚ ਲੜੇ ਆ, ਮੈਂ ਇੱਥੇ ਕੋਟਕਪੂਰੇ ਸਗਨ 'ਤੇ ਸੀ ਉਸ ਟਾਈਮ। ਹਾਂ, ਮੇਰੇ ਘਰ ਵੀ ਆਏ ਆ ਇੱਥੇ ਬੰਦੇ, ਕਹਿੰਦੇ ਕਿ ਵੀ ਉਹ ਲੜ ਪਿਆ ਐਂ ਕਰਕੇ। ਮੈਂ ਵੀ ਮੈਂ ਤਾਂ ਕੋਟਕਪੂਰੇ ਸਗਨ 'ਤੇ ਹਾਂ, ਮੈਨੂੰ ਕੋਈ ਪਤਾ ਨਹੀਂ ਗਾ ਵੀ ਲੜੇਗਾ ਕਿ ਕੀ ਕਰੇਗਾ ਕੀ। ਹਾਂ, ਬਾਕੀ ਇਹਨਾਂ ਦੇ ਤਿੰਨਾਂ ਦੇ ਮੇਰੇ 'ਤੇ ਕੇਸ ਪਾਏ ਵੇ। ਉਹ ਦੂਜੀ ਧਿਰ ਦਾ ਵੀ ਆ ਹੁਣ ਪਾਇਆ ਵਾ, ਉਹ ਵੀ ਖਾਰਜ ਹੋਇਆ ਪਿਛਲੀ ਪਤਾ ਨਹੀਂ ਕਿਹੜੀ ਤਰੀਕ ਨੂੰ, ਮੈਂ ਪੜ੍ਹਿਆ ਵਾ ਨਹੀਂ। ਹਾਂ, ਇਵੇਂ ਉਹਨੂੰ ਗੱਪ ਮਾਰਦੇ। ਹਾਂ, ਬਾਕੀ ਆ ਰਜਿਸਟਰੀਆਂ ਦੇਖ ਲਓ ਤੁਸੀਂ, ਜੇ ਕੋਈ ਇਹਦੇ 'ਚ ਗਲਤ ਆ, ਮੈਂ ਕਹਿੰਦਾ ਵੀ ਜਮਾਂ ਮੈਨੂੰ ਹੋਰਾਂ ਨਾ ਛੱਡੋ, ਵੀ ਜੇ ਕੋਈ ਮੇਰਾ ਕਿਸੇ ਨੇ ਗਲਤ ਕਰਿਆ ਵਾ, ਚਾਹੇ ਗਲਤ ਕੋਈ ਨੰਬਰ ਪਵਾਇਆ ਵਾ, ਆਹ ਤੁਸੀਂ ਪੜ੍ਹ ਲਓ, ਤੁਸੀਂ ਤਾਂ ਪੜ੍ਹੇ ਵੀ, ਮੈਂ ਤਾਂ ਪੜ੍ਹਿਆ ਵਾ ਨਹੀਂ। ਆਹ ਰਜਿਸਟਰੀ ਮੇਰੀ, ਆਹ ਤਹਿਸੀਲਦਾਰ ਦੇ ਫੋਟੋ ਆ, ਉਹਨਾਂ ਦਾ ਰਿਸ਼ਤੇਦਾਰ ਇੱਥੇ ਪਟਵਾਰੀ ਸੀਗਾ ਜੀ, ਜਦੋਂ ਮੈਂ ਆਹ ਰਜਿਸਟਰੀ ਕਰਾਈ ਆ। ਦੂਜੀ ਧਿਰ ਦਾ? ਦੂਜੀ ਧਿਰ ਦਾ, ਉਹਨੇ ਹੀ ਮੈਨੂੰ ਨੰਬਰ ਦਿੱਤੇ ਆ, ਮੈਂ ਤਾਂ ਅਨਪੜ੍ਹ ਆ, ਮੈਂ ਕਿਹਾ ਜੀ ਪਟਵਾਰੀ ਸਾਹਿਬ ਮੈਂ ਆਹ ਵਾਹਣ ਲੈ ਲਿਆ, ਉਹਨੇ ਮੈਨੂੰ ਨੰਬਰ ਲਾ ਕੇ ਦਿੱਤੇ ਇਹ। ਉਦੋਂ ਸ਼ਾਇਦ ਦਰਸ਼ਨ ਆ ਸੰਘੇੜਿਆਂ ਤੋਂ ਆ ਮੁੰਡਾ, ਵਧੀਆ ਬੰਦੇ ਲਾਇਕ ਆ ਮੈਂ ਤੈਨੂੰ ਕਹਿੰਦਾ। ਹਾਂ, ਉਹਨੇ ਕੋਈ ਐਂ ਨਹੀਂ ਮੈਨੂੰ ਕਿਹਾ ਵੀ ਚਾਹੇ ਗਲਤ ਆ ਇਹ। ਹਾਂ, ਅਤੇ ਬਾਕੀ ਵਾਹਣ ਵੇਚ ਕੇ ਮੈਂ ਇਹ ਵਾਹਣ ਲਿਆ, ਕੋਈ ਐਂ ਨਹੀਂ, ਇੱਕ ਤਾਂ ਮੈਂ ਵੀ ਊਂ ਲੈ ਲਿਆ ਵੀ ਮੇਰੇ ਕੋਲ ਤਾਂ ਪੈਸੇ ਵਾਧੂ ਪਏ ਸੀ, ਇੱਧਰ ਨਹਿਰ ਨਹੀਂ ਸਾਡੇ 3 ਕਿੱਲੇ ਸੀਗੇ, ਉਹ ਵਾਹਣ ਵੇਚ ਕੇ ਸਮਝ ਲਾ ਮੇਰਾ ਆਪੂ ਕਹਿੰਦਾ ਵੀ ਤੈਨੂੰ ਤਾਂ ਪੈਸੇ ਦੇਊ ਮੈਂ ਜੇ ਤੂੰ ਵਾਹਣ ਲਏਗਾ, ਨਹੀਂ ਕਿ ਤੂੰ ਪੈਸੇ ਖਰਾਬ ਕਰ ਦੇਗਾ। ਮੈਂ ਚੱਲ ਮੈਂ ਆਪਾਂ ਇਹ ਵਾਹਣ ਲੈ ਲੈਂਦੇ ਹਾਂ ਵੀ ਚੱਲ ਘਰ ਘੁਰ ਪਾ ਲਵਾਂਗੇ ਚਾਹੇ ਕੋਈ ਹੋਊਗਾ। ਹਾਂ, ਕੋਈ ਟਾਈਮ ਮੈਨੂੰ ਠੇਕਾ ਠੁੱਕਾ ਦੇ ਗਿਆ, ਮੁੜ ਕੇ ਦੱਬ ਗਏ। ਹਾਂ, ਜੋ ਕੁਛ ਕਿਹਾ ਉਹਨੇ ਬੇਬਣਿਆ ਦਾ ਜੀ, ਜ਼ਿਆਦਾ ਗਲਤ ਆ ਜੀ। ਹੁਣ ਕਹਿਣ ਨੂੰ ਤਾਂ ਮੈਂ ਕਹੀ ਜਾਂਦਾ ਮੇਰੇ ਇੱਥੇ ਗੋਲੀ ਚਲਾ ਗਏ ਜੀ, ਐਂ ਕਰ ਗਏ ਉਹ ਕਰ ਗਏ, ਪਰ ਉਹ ਬੰਦਾ ਸਾਡਾ ਨੁਕਸਾਨ ਕਰਾਊ ਜੀ, ਨੇਕ ਦੇ ਮੁੰਡੇ ਅਤੇ ਨੇਕ। ਹਾਂ, ਅੱਗੇ ਉਹਨਾਂ ਨੇ ਸਾਡੇ ਪਿੰਡ 'ਚ ਕਤਲ ਕਰਾਇਆ। ਹਾਂ, ਤੁਸੀਂ ਜਿਹ ਤੋਂ ਮਰਜ਼ੀ ਪੁੱਛ ਲਿਓ, ਸਾਡੇ ਬਾਜ਼ਾਰ 'ਚ ਪੁੱਛ ਲਿਓ, ਜਿਹ ਤੋਂ ਮਰਜ਼ੀ ਪੁੱਛ ਲਿਓ, ਉਹ ਬੰਦਾ ਗਲਤ ਆ ਮੇਰਾ ਪੂਰਾ। ਹਾਂ, ਉਹਦੀ ਭੈਣ ਮੈਨੂੰ ਐਫੀਡੈਵਿਟ ਦੇ ਬੈਠੀ ਹੈਗੀ ਵੀ ਮੇਰਾ ਇਹਦੇ ਨਾਲ ਕੋਈ ਰੌਲਾ ਨਹੀਂ। ਹਾਂ, ਉਹ ਬੰਦੇ ਇਕੱਠੇ ਕਰਕੇ ਲੈ ਜਾਂਦਾ ਵਾ, ਉਹਨਾਂ ਤੋਂ ਘੁਆ ਦਿੰਦਾ। ਹੁਣ ਜਿਵੇਂ ਇੱਥੇ ਤੁਸੀਂ ਕਿਹਾ ਸੀ, ਮੈਂ ਆਇਆ ਸੀ, ਮੈਂ ਬੰਦਾ ਚਾਹੇ ਸਭ ਇਕੱਠਾ ਕਰ ਲੈਂਦਾ, ਉਹ ਤਾਂ ਜਿਵੇਂ ਜਿਹਨੂੰ ਮੈਂ ਸੱਦੂ ਉਹ ਤਾਂ ਮੇਰੇ ਪੱਖ ਦੀ ਗੱਲ ਹੀ ਕਰੂ, ਤੁਹਾਡੇ ਦੀ ਤਾਂ ਕਰਦਾ ਨਹੀਂ। ਇਹ ਸੀਗੇ ਸਾਡੇ ਨਾਲ ਜਿੰਨਾ 'ਤੇ ਦੂਜੀ ਧਿਰ ਨੇ ਇਲਜ਼ਾਮ ਲਾਇਆ। ਤੁਹਾਨੂੰ ਅਸੀਂ ਇਹਨਾਂ ਦੋਨਾਂ ਦੀ ਵੀਡੀਓ ਦਿਖਾਈ ਹੈ, ਇਹਨਾਂ ਦੇ ਵਿੱਚੋਂ ਕੌਣ ਸੱਚ ਬੋਲਦਾ ਅਤੇ ਕੌਣ ਝੂਠ ਬੋਲਦਾ, ਤੁਸੀਂ ਆਪਣੇ ਕਮੈਂਟਾਂ ਰਾਹੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸਣਾ। ਜਿਵੇਂ ਤੁਹਾਨੂੰ ਇਹਨਾਂ ਦੋਨਾਂ ਦੀ ਵੀਡੀਓ ਦਿਖਾਈ ਆ, ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਵਿਸ਼ੇ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ। ਸਾਡੀ ਹਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ, ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਇਸੇ ਤਰ੍ਹਾਂ ਦੀ ਨਵੀਂ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਤਕਲੀ ਸਤਿ ਸ਼੍ਰੀ ਅਕਾਲ ਜੀ। ਹੁਣ